ਅੱਜ ਇੱਥੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਜਥੇਬੰਦੀਆਂ ਅਤੇ ਨਗਰ ਦੀ ਸਮੂਹ ਸੰਗਤ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤ ਸਮਾਗਮ ਕਰਵਾਇਆ ਗਿਆ। ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਭਾਈ ਕੇਵਲ ਸਿੰਘ ਹੈੱਡ ਗ੍ਰੰਥੀ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਪਰੰਤ ਭਾਈ ਜਗਜੀਤ ਸਿੰਘ ਹਜੂਰੀ ਰਾਗੀ ਗੁਰਦੁਆਰਾ ਨੌਵੀਂ ਪਾਤਸ਼ਾਹੀ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਇਸ ਮੌਕੇ ਤੇ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ, ਮੈਂਬਰ ਸ਼੍ਰੋਮਣੀ ਕਮੇਟੀ ਅਤੇ ਮੈਨੇਜਰ ਭਾਈ ਗੁਰਵਿੰਦਰ ਸਿੰਘ ਦੇਵੀਦਾਸਪੁਰਾ ਨੇ ਸੰਗਤਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਪਤਤ ਪੁਣੇ ਤੋਂ ਬਚਾਉਣ ਦੇ ਲਈ ਗੁਰੂ ਘਰ ਨਾਲ ਜੋੜਿਆ ਜਾਵੇ ਅਤੇ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ ਜਾਵੇ। अजीत पंजाबी दी ऑथेंटिक खबरां दे लई सबसक्राइब करो अजीत वैब टीवी अते ताज़ी खबरां दी नोटिफिकेशन पाउण दे लई बैल आइकन ते क्लिक। वाहिगुरु जी का खालसा, वाहिगुरु जी की फतेह। लख खुशियां पातशाहियां जी सतगुरु नदर करे। अज नवे नानक गुरु तेग बहादुर साहब जी जिन्हां दी इह पुत्तर नगरी बाबा बकाला साहब जिथे बैठ के उन्होंने 26 साल 9 महीने 13 दिन तपस्या की, इस धरती पवित्र किया। अज इस धरती से जिथे दुनिया च वसदी सिख लुकाई गुरु साहब जी नूं प्रकाश दिहाड़े ते शुभ दिन मना रही। अज बाबा बकाला साहब की पवित्र धरती से बैठ के समुची साध संगत वालों, समुचे हल्के वालों, समुची सिख संगत को लख लख वधाई देना है। और अज के दिहाड़े ते जिथे श्रोमणी गुरद्वारा प्रबंधक कमेटी ने साडे मैनेजर साहब पूरे स्टाफ वालों सारे लंगर का प्रबंध, रिहायश का प्रबंध, कीर्तन का प्रबंध, पिछले दिन ही नगर कीर्तन भी असी सिख संगत के नाल अते बाबा जोगा सिंह जी उन्हां दे सहयोग के नाल समुची संगत वालों बड़ी श्रद्धा के नाल मनाए गए। सो अज प्रकाश दिहाड़े जी बड़ी धूमधाम नाल जो संगत जी मना रही है, मैं अपने दिल दी गहराइयां चों फिर संगत नूं लख लख वधाई देना है। वाहिगुरू जी का खालसा, वाहिगुरू जी की फतेह। इस तरह सवेर तो ही सचखंड श्री दरबार साहब गुरु घर विच संगतां नतमस्तक हो रही हैं। श्री गुरु तेग बहादुर जी का अज प्रकाश पुरब जिथे कि अज सवेर तो ही सचखंड श्री दरबार साहब गुरु घर संगतां नतमस्तक हो रही हैं, उत्थे हिंदी चादर गुरु तेग बहादुर जी का प्रकाश पुरब के मौके पर गुरु के महल विच भारी गिनती श्रद्धालु नतमस्तक होने लई आ रहे हैं। सवेर तो ही गुरु के महल के विच दीवान सजाए गए अते श्री अखंड पाठ साहब जी के भोग पाए गए। ਸ਼ਰਧਾਲੂਆਂ ਮੁਤਾਬਕ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅਤੇ ਗੁਰੂ ਕੇ ਮਹਿਲ ਨਤਮਸਤਕ ਹੋ ਕੇ ਆਪਣੇ ਆਪ ਨੂੰ ਬੜਵਾਗਾ ਸਮਝਦੇ ਹਨ। ਅੱਜ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਤਸ਼ਾਹ ਦਾ ਜਨਮ ਦਿਹਾੜਾ ਹੈ। ਜਨਮ ਦਿਹਾੜੇ ਦੇ ਸੂਤ ਸਮਰਪਿਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਜਨਮ ਦਿਹਾੜੇ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ। ਉਪਰੰਤ ਸਾਰਾ ਦਿਨ ਦੀਵਾਨ ਸੱਜਣਗੇ, ਗੁਰੂ ਕੇ ਲੰਗਰ ਟੁੱਟ ਵਰਤ ਰਹੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਸਵੇਰੇ 8:30 ਵਜੇ ਤੋਂ 12 ਵਜੇ ਤੱਕ ਜਲੌਸ ਸਜਣਗੇ ਅਤੇ ਸ਼ਾਮ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਦੀਪਮਾਲਾ ਹੋਵੇਗੀ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਆਪਣਾ ਜੀਵਨ ਸਫਲਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਬੜੇ ਪਿਆਰ ਅਤੇ ਉਤਸ਼ਾਹ ਨਾਲ ਮਨਾ ਰਹੀਆਂ ਨੇ। ਗੁਰੂ ਤੇਗ ਬਹਾਦਰ ਸਿਮਰੀਏ, ਘਰ ਨੌ ਨੇੜੇ ਆਵੇ ਢਾਏ, ਸਭ ਥਾਈਂ ਹੋਏ ਸਹਾਏ। ਅਤੇ ਸੁਭਾਗਾ ਸਮਾਂ ਪ੍ਰਾਪਤ ਹੋਇਆ ਸਾਨੂੰ ਜ਼ਿੰਦਗੀ ਦੇ ਵਿੱਚ ਕਿ ਜਿਹੜਾ ਗੁਰੂ ਮਹਾਰਾਜ ਦੇ ਦਿਨ ਮਨਾਉਣ ਦਾ ਮੌਕਾ ਮਿਲਿਆ, ਕਿਉਂਕਿ ਸੰਸਾਰ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਪਰ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਮਿਸ਼ਨ ਹੈ ਉਹ ਇੱਕ ਵੱਡਾ, ਬਹੁਤ ਵੱਡਾ ਹੈ। ਅਤੇ ਅੱਜ ਜਿਹੜਾ ਅਸੀਂ ਨਾਮੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਦੂਰ ਦੂਰ ਤੋਂ ਸੰਗਤਾਂ ਬੜੇ ਉਤਸ਼ਾਹ ਅਤੇ ਸ਼ਰਧਾ ਦੇ ਨਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਨਮ ਅਸਥਾਨ ਦੇ ਉੱਤੇ ਦਰਸ਼ਨ ਕਰਨ ਵਾਸਤੇ ਆ ਰਹੀਆਂ। ਅਸੀਂ ਸਾਰੀਆਂ ਸੰਗਤਾਂ ਨੂੰ ਗੁਰੂ ਦੀ ਰਹਿਮਤ ਸਦਕਾ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਵੱਲੋਂ
लख लख वधाई दिंदे आ जो कि इस अस्थान की कार सेवा श्री मान संत बाबा सेवा सिंह संत बाबा भाग सिंह जी संत बाबा लाभ सिंह बाबा हरप्रेम भलवाना ने कराई। उस तो बाद इस टाइम जहेज बगी बाबा सुचा सिंह जी और समूह संगतों के सहयोग नाल गुरु की अपार बख्शिश रहमत सदका श्रोमणी गुरद्वारा प्रबंधक कमेटी के सहयोग के नाल सभावान चल रही लंगर की सेवा चल रही है। समूह संगतों को गुरु तेग बहादुर साहब के प्रकाश दिहाड़े दियाँ लख लख वधाइया। वाहेगुरु जी का खालसा वाहेगुरू जी की फतेह। धन धन साहब श्री गुरु तेग बहादुर साहब जी की जोत में जुड़ मिले सारे वीर भाइयों वाहेगुरु जी का खालसा वाहेगुरू जी की फतेह। इस अस्थान गुरु के महल धन श्री गुरु अमरदास पातशाह जी ने गुरु रामदास जी ने कहा कि एक पवित्र नगरी एक घर बनाओ तो वो अस्थान जिहड़ा गुरु के महल गुरु रामदास जी ने वसाया तो इत्थे महाराज पातशाह जी अज आगमन पुरब जिहड़ा मनाया जा रहा है। इत्थे सारियां संगतां दूरों दूरों नेड़ियों आ के गुरु घर दे विच नतमस्तक हो रही ने गुरु घर दियां खुशियां प्राप्त कर रही ने। कई बार ये कह दिता जाता वा कि धन गुरु तेग बहादुर साहब जी जिहड़े हिंदुआं दी खातर सीस जिहड़ा वा वह भेट किया पर जे कि कभी मुसलमान भी इस घर आ जाते तो गु महाराज ने कहीं भी उन्होंने भी भेद नहीं सी करना। महाराज पातशाह ने जिस तरह किसी एक चोला उतार के अपना किसी गरीब नूं दिता ही तो किसी मुसलमान लिए भी वह महाराज पातशाह एक रिजक नहीं करनगे वो अपना सीस भेट जरूर करनगे। वाहेगुरू जी का खालसा वाहेगुरू जी की। हाँ जी बहुत वधिया लगता पे सानू असी हर साल आने मत्था टेकने इतने मेरी कृपा बाबा जी की जिन्हें अपनी नगरी च पाया सानू असं बहुत खुश हाँ परमात्मा सब का अपना भला कर।